ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮਕਲੀ ਮਹੱਲਾ ਪੰਜਮ ਇਸ ਪਾਨੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦੇ ਹੁਰਾ ਕਰਿਆ ਉਕਤ ਜੋਤ ਲੈ ਸੁਰਤ ਪਰਖਿਆ ਮਾਤ ਗਰਭ ਮਹਿ ਜਿਨ ਤੂੰ ਰਾਖਿਆ ਰਾਖਨ ਹਾਰ ਸਮਾਰਜਨਾ ਸਗਲੇ ਛੋੜ ਵਿਚਾਰ ਮਨਾ ਰਹਾਉ ਜਿਨ ਦੀਏ ਤੁਦ ਬਾਪ ਮਹਤਾਰੀ ਜਿਨ ਦੀਏ ਭਰਾ ਤ ਪੁੱਤ ਹਾਰੀ ਜਿਨ ਦੀਏ ਤੁਦ ਬਨਿਤਾ ਅਰਮੀਤਾ ਤਿਸਠਾakur ਕੋ ਰਖ ਲੈ ਹੁ ਚੀਤਾ ਜਿਨ ਦੀਆ ਤੁਦ ਪਾਵਨ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਪਾਵਕ ਬਲਨਾ ਤਿਸ ਠਾਕੁਰ ਕੀ ਰਹੋ ਮਨ ਸਰਨਾ ਛਤੀ ਹੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਨ ਕੋ ਕੀਏ ਬਸੁਦਾ ਦੀਓ ਬਰਤਨ ਬਲਨਾ ਤਿਸ ਠਾਕੁਰ ਕੇ ਚਿਤ ਰਖ ਚਰਨਾ ਪੇਖਣ ਕੋ ਨੇਤਰ ਸੁਨਣ ਕੋ ਕਰਨਾ ਹਸਤ ਕਮਾਵਨ ਬਾਸਨ ਰਸਨਾ ਚਰਨ ਚਲਨ ਕੋ ਸਿਰ ਕੀ ਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਂਨ ਮਹਿ ਜਿਨ ਤੂੰ ਤਰਿਆ ਅਬ ਤੂੰ ਸੀਸ ਭਾਵੈ ਨਹੀਂ ਸੀ ਜੈ ਕਾਰ ਜਿਸਵਰੇ ਮਨ ਪ੍ਰਭੁ ਧਿਐਜੈ ਈਹਾ ਊਹਾ ਇਕੈ ਓਹੀ ਜਤਕਤ ਦੇਖੀਐ ਤਤ ਤਤ ਤੋਹੀ ਤਿਸ ਸੇ ਵਤਮਨ ਆਲਸ ਕਰੈ ਜਿਸ ਵਿਸਰੀਐ ਇਕ ਨਿਮਖ ਨਾਸਰੈ ਹਮ ਅਪਰਾਧੀ ਨਿਰਗੁਨੀਯਾਰੇ ਨਾ ਕਿਛ ਸੇਵਾ ਨਾ ਕਰਮਾਰੇ ਗੁਰਬੋਹਿਤ ਵੜਪਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਗੁਰਬੋਹਿਤ ਵੜਪਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪ੍ਰਭੂ ਨੇ ਪਿਤਾ ਦੀ ਬੂੰਦ ਤੋਂ ਤੈਨੂੰ ਬਣਾਇਆ ਤੇਰਾ ਹੀ ਮਿੱਟੀ ਦਾ ਪੁੱਤਲਾ ਘੜ ਦਿੱਤਾ ਜਿਸ ਪ੍ਰਭੂ ਨੇ ਬੁੱਧੀ ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਕੇ ਤੈਨੂੰ ਮਾਂ ਦੇ ਪੇਟ ਵਿੱਚ ਸਹੀ ਸਲਾਮਤ ਰੱਖਿਆ ਉਸ ਨੂੰ ਸਦਾ ਯਾਦ ਰੱਖ ਸਦਾ ਰੱਖਿਆ ਕਰ ਕਰ ਸਕਣ ਵਾਲੇ ਪ੍ਰਮਾਤਮਾ ਨੂੰ ਯਾਦ ਕਰਿਆ ਕਰ ਹੇ ਮੇਰੇ ਮਨ ਪ੍ਰਭੂ ਦੀ ਯਾਦ ਤੋਂ ਬਿਨਾਂ ਹੋਰ ਸਾਰੇ ਵਿਚਾਰ ਜਿਹੜੇ ਵਿਚਾਰ ਪ੍ਰਭੂ ਦੀ ਯਾਦ ਭੁਲਾਉਂਦੇ ਨੇ ਉਹ ਛੱਡ ਦੇ ਜਿਸ ਪ੍ਰਭੂ ਨੇ ਤੈਨੂੰ ਮਾਪੇ ਦਿੱਤੇ ਜਿਸ ਪ੍ਰਭੂ ਨੇ ਤੈਨੂੰ ਭਰਾ ਪੁੱਤਰ ਤੇ ਨੌਕਰ ਦਿੱਤੇ ਜਿਸ ਪ੍ਰਭੂ ਨੇ ਤੈਨੂੰ ਇਸਤਰੀ ਸੱਜਣ ਮਿੱਤਰ ਦਿੱਤੇ ਉਸ ਮਾਲਕ ਪ੍ਰਭੂ ਨੂੰ ਸਦਾ ਆਪਣੇ ਚਿੱਤ ਵਿੱਚ ਟਿਕਾਈ ਰੱਖ ਜਿਸ ਪ੍ਰਭੂ ਨੇ ਤੈਨੂੰ ਕਿਸੇ ਵੀ ਮੁੱਲ ਤੋਂ ਨਾ ਮਿਲ ਸਕਣ ਵਾਲੀ ਹਵਾ ਦਿੱਤੀ ਜਿਸ ਪ੍ਰਭੂ ਨੇ ਤੈਨੂੰ ਨਿਰਮੋਲਕ ਪਾਣੀ ਦਿੱਤਾ ਜਿਸ ਪ੍ਰਭੂ ਨੇ ਤੈਨੂੰ ਅੱਗ ਦਿੱਤੀ ਬਾਲਣ ਦਿੱਤਾ हे ਮਨ ਤੂੰ ਉਸ ਮਾਲਕ ਪ੍ਰਭੂ ਦੀ ਸਰਨ ਪਿਆਰੋ ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸੁਆਦਲੇ ਖਾਣੇ ਦਿੱਤੇ ਇੰਨਾ ਖਾਣਿਆਂ ਨੂੰ ਹਜ਼ਮ ਕਰਨ ਲਈ ਤੇਰੇ ਅੰਦਰ ਮਿਹਦਾ ਆਦਕ ਅੰਗ ਬਣਾਏ ਤੈਨੂੰ ਧਰਤੀ ਦਿੱਤੀ ਤੈਨੂੰ ਹੋਰ ਵਰਤਨ ਵਲੇਵਾ ਦਿੱਤਾ ਉਸ ਮਾਲਕ ਪ੍ਰਭੂ ਦੇ ਚਰਨ ਆਪਣੇ ਚਿੱਤ ਵਿੱਚ ਪ੍ਰੋ ਰੱਖ ਹੇ ਮੇਰੇ ਮਨ ਜਿਸਨੇ ਤੈਨੂੰ ਦੁਨੀਆ ਦੇ ਰੰਗ ਤਮਾਸ਼ੇ ਵੇਖਣ ਵਾਸਤੇ ਅੱਖਾਂ ਦਿੱਤੀਆਂ ਅਤੇ ਸੁਣਨ ਵਾਸਤੇ ਕੰਨ ਦਿੱਤੇ ਜਿਸਨੇ ਕਾਰ ਕਰਨ ਲਈ ਤੈਨੂੰ ਹੱਥ ਦਿੱਤੇ ਨੱਕ ਅਤੇ ਜੀਵ ਦਿੱਤੀ ਹੈ ਜਿਸਨੇ ਤੈਨੂੰ ਤੁਰਨ ਲਈ ਪੈਰ ਦਿੱਤੇ ਹਨ ਅਤੇ ਸਾਰੇ ਅੰਗਾਂ ਵਿੱਚੋਂ ਸ਼੍ਰੋਮਣੀ ਬਣਾਇਆ ਹੈ ਉਸ ਮਾਲਕ ਪ੍ਰਭੂ ਦੇ ਪੈਰ ਸਦਾ ਪੂਜਦਾ ਰਹੋ ਨਿਮਰਤਾ ਧਾਰਨ ਕਰਕੇ ਉਸ ਪ੍ਰਭੂ ਦਾ ਸਿਮਰਨ ਕਰਦਾ ਰਹੋ ਉਸ ਪਰਮਾਤਮਾ ਨੂੰ ਸਿਮਰਿਆ ਕਰ ਜਿਸ ਨੇ ਗੰਦ ਤੋਂ ਤੈਨੂੰ ਪਵਿੱਤਰ ਬਣਾਇਆ ਜਿਸ ਨੇ ਤੈਨੂੰ ਸਾਰੀਆਂ ਜੁਨੀਆਂ ਉੱਤੇ ਸਰਦਾਰ ਬਣਾ ਦਿੱਤਾ ਤੇਰੀ ਮਰਜ਼ੀ ਹੈ ਹੁਣ ਤੂੰ ਉਸ ਦਾ ਸਿਮਰਨ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋ ਚਾਹੇ ਨਾ ਹੋ ਪਰ ਹੈ ਮਨ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਿਮਰਨ ਕੀਤਿਆਂ ਹੀ ਮਨੁੱਖਾ ਜੀਵਨ ਦਾ ਮਨੋਰਥ ਸਫਲ ਹੁੰਦਾ ਹੈ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਇਕ ਉਹ ਪਰਮਾਤਮਾ ਹੀ ਸਹਾਈ ਹੈ ਜਿੱਥੇ ਕਿੱਥੇ ਝਾਤ ਮਾਰੀ ਜਾਈਏ ਉੱਥੇ-ਉੱਥੇ ਪਰਮਾਤਮਾ ਹੀ ਤੇਰੇ ਨਾਲ ਹੈ ਪਰ ਵੇਖੋ ਮਨੁੱਖ ਦੀ ਮੰਦ ਭਾਗਤਾ ਉਸ ਪਰਮਾਤਮਾ ਨੂੰ ਸਿਮਰਦਿਆਂ ਮਨੁੱਖ ਮਨ ਵਿੱਚ ਆਲਸ ਕਰਦਾ ਹੈ ਜਿਸ ਨੂੰ ਵਿਸਾਰਿਆਂ ਇੱਕ ਪਲ ਭਰ ਸਮਾਂ ਵੀ ਸੌਖਾ ਨਹੀਂ ਲੰਘ ਸਕਦਾ ਮਾਇਆ ਦੇ ਮੋਹ ਵਿੱਚ ਫਸ ਕੇ ਅਸੀਂ ਸੰਸਾਰੀ ਜੀਵ ਪਾਪੀ ਬਣ ਜਾਂਦੇ ਹਾਂ ਗੁਣਹੀਨ ਹੋ ਜਾਂਦੇ ਹਾਂ ਅਸੀਂ ਨਾ ਕੋਈ ਸੇਵਾ ਭਗਤੀ ਕਰਦੇ ਹਾਂ ਨਾ ਸਾਡੇ ਕੰਮ ਚੰਗੇ ਹੁੰਦੇ ਨੇ ਜਿੰਨਾ ਮਨੁੱਖਾਂ ਨੂੰ ਵੱਡੇ ਭਾਗਾਂ ਨਾਲ ਗੁਰੂ ਜਹਾਜ਼ ਮਿਲ ਪਿਆ ਉਸ ਜਹਾਜ਼ ਦੀ ਸੰਗਤ ਵਿੱਚ ਉਹ ਪੱਥਰ ਦਿਲ ਮਨੁੱਖ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ